ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਝੰਡਾ ਕਲਾਂ ਵਿਖੇ, ਜਿੱਥੇ ਸਾਡੇ ਨਾਲ ਜੁੜੇ ਨੇ ਸਰਪੰਚੀ ਪਦ ਦੇ ਉਮੀਦਵਾਰ ਕੁਲਵੀਰ ਸਿੰਘ ਜੀ। ਆਓ ਉਹਨਾਂ ਨੂੰ ਜਾਣਦੇ ਹਾਂ ਕਿ ਉਹ ਕੀ ਮੁੱਦੇ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਏ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਨਗਰ ਨੂੰ। ਸਾਡੇ ਪਿੰਡ ਜਿਹੜਾ ਪਛੜਿਆ ਪਿੰਡ ਹੈ, ਇੱਥੇ ਗਲੀਆਂ ਨਾਲੀਆਂ ਦਾ ਬਹੁਤ ਕੰਮ ਅਧੂਰਾ ਹੈ। ਲੋਕਾਂ ਦੇ ਜਿਹੜੇ ਮਕਾਨ ਕਮਰੇ ਗਰੀਬ ਪਿੰਡ ਨੇ, ਕਮਰੇ ਰਹਿੰਦੇ ਨੇ, ਉਹ ਪੂਰੇ ਕਰਾਂਗੇ। ਲੋਕਾਂ ਦੇ ਸ਼ੈੱਡ ਬਣਾਉਣ ਵਾਲੇ ਨੇ, ਉਹ ਪੂਰੇ ਕਰਾਂਗੇ। ਗਲੀਆਂ ਨਾਲੀਆਂ ਸਾਰੀਆਂ ਪੱਕੀਆਂ ਕਰਾਂਗੇ। ਹੋਰ ਇੱਥੇ ਜਿਹੜੀ ਪਾਣੀ ਦੀ ਸਮੱਸਿਆ ਉਹ ਵੀ ਪੂਰੀ ਕਰਾਂਗੇ, ਅਤੇ ਹੋਰ ਜਿਹੜੇ ਵੀ ਕਿਸੇ ਗਰੀਬ ਦੇ ਕੰਮ ਹੋਣਗੇ ਉਹ ਪੂਰੇ ਕੀਤੇ ਜਾਣ। ਸਰ, ਕੋਈ ਇਸ ਤਰ੍ਹਾਂ ਦੇ ਕੰਮ ਜੋ ਪਿਛਲੀ ਪੰਚਾਇਤ ਦੇ ਅਧੂਰੇ ਪਏ ਹੋਣ? ਅਸਲ 'ਚ ਸਾਰੇ ਹੀ, ਜਿਵੇਂ ਮਕਾਨ ਬਹੁਤ ਲੋਕਾਂ ਦੇ ਕੱਚੇ ਨੇ, ਕਿਉਂਕਿ ਗਰੀਬ ਪਰਿਵਾਰ ਬਹੁਤ ਰਹਿੰਦੇ ਨੇ, ਉਹ ਸਾਰੇ ਪੱਕੇ ਬਣਾਉਣ ਵਾਲੇ ਨੇ। ਹੋਰ ਸ਼ੈੱਡਾਂ ਦਾ ਬੜਾ ਮਸਲਾ, ਉਹ ਵੀ ਪੂਰਾ ਕਰਨ ਵਾਲਾ। ਗਲੀਆਂ ਨਾਲੀਆਂ ਦਾ ਮਸਲਾ ਹੈ, ਉਹ ਸਾਰਾ ਅਧੂਰਾ ਜਿਹੜਾ ਰਹਿੰਦਾ ਪੂਰਾ ਕਰਾਂਗੇ। ਇਹ ਗਲੀਆਂ ਨਾਲੀਆਂ ਸਰ, ਹਰੇਕ ਬਿਨਾਂ ਗਲੀਆਂ ਨਾਲੀਆਂ 'ਤੇ ਐੜਾ ਖੜਾ। 70 ਸਾਲ ਹੋ ਗਏ ਸਾਡੇ ਮਤਲਬ ਦੇਸ਼ ਆਜ਼ਾਦ ਹੋਏ ਨੂੰ, ਹਾਲੇ ਤੱਕ ਗਲੀਆਂ ਨਾਲੀਆਂ ਨਹੀਂ ਆਪਣੀ ਪੱਕੀਆਂ ਹੋਈਆਂ। ਅਤੇ ਕੀ ਕੋਈ ਹੋਰ ਗਲੀਆਂ ਨਾਲੀਆਂ ਤੋਂ ਉੱਪਰ ਕੋਈ ਐਜੂਕੇਸ਼ਨ ਨੂੰ ਲੈ ਕੇ, ਨੌਜਵਾਨਾਂ ਨੂੰ ਲੈ ਕੇ, ਉਹਨਾਂ ਨੂੰ ਲੈ ਕੇ ਕੀ ਕਰਨਾ? ਹਾਂਜੀ, ਐਜੂਕੇਸ਼ਨ ਦਾ ਵੀ ਸਾਡੇ ਪਿੰਡ ਬਹੁਤ ਵੱਡਾ ਪਿੰਡ ਹੈ। ਇੱਥੇ ਅਜੇ ਤੱਕ ਮੈਟ੍ਰਿਕ ਸਕੂਲ ਹੈ, ਉਹ ਵੀ ਅਸੀਂ ਉਪਰਾਲਾ ਕਰਕੇ ਨੂੰ ਪਲੱਸ ਟੂ ਦਾ ਸਕੂਲ ਬਣਾਵਾਂਗੇ। ਹੋਰ ਇੱਦਾਂ ਦੇ ਜਿਹੜੇ ਬਿਜਲੀ ਦਾ ਗਰੈਡ ਹੈ, ਇਹ ਬਹੁਤ ਜ਼ਰੂਰਤ ਹੈ ਪਿੰਡ ਵਿੱਚ, ਇਹ ਅਸੀਂ ਪੂਰਾ ਉਪਰਾਲਾ ਕਰਕੇ ਪਿੰਡ 'ਚ ਗਰੈਡ ਬਣਾਵਾਂਗੇ। ਇੱਕ ਡੰਗਰਾਂ ਦਾ ਹਸਪਤਾਲ ਜਿਹੜਾ, ਉਹ ਵੀ ਸਾਡੇ ਪਿੰਡ 'ਚ ਨਹੀਂ ਹੈਗਾ, ਪਸ਼ੂਆਂ ਦਾ ਹੋਸਪਿਟਲ, ਉਹ ਬਣਾਉਣਾ ਪੈ। ਸਰ, ਨੌਜਵਾਨ ਪੀੜ੍ਹੀ ਜਿਹੜੀ ਅੱਜ, ਉਹਨਾਂ ਵਾਸਤੇ ਤੁਸੀਂ ਕੀ ਖਾਸ ਕਰੋ, ਅਗਰ ਤੁਸੀਂ ਸਰਪੰਚ ਨੇ ਜਿਹੜਾ ਤਾਜ ਥੋੜਾ ਸਿਰ ਤੋਂ ਸਾਜਾ? ਉਹ ਜੀ, ਅਸੀਂ ਗੇਮਾਂ ਨੂੰ ਉਤਸ਼ਾਹ ਕਰਾਂਗੇ, ਜਿਵੇਂ ਸਟੇਡੀਅਮ ਹੈ, ਕ੍ਰਿਕਟ ਦਾ ਸਟੇਡੀਅਮ ਉਹ ਪੂਰਾ ਕਰਾਵਾਂਗੇ ਜਿਹੜਾ ਕਿ ਜੇ ਅਧੂਰਾ ਹੈ। ਹੋਰ ਜਿਹੜੇ ਕਬੱਡੀ ਦੀ ਸਾਡੇ ਬਹੁਤ ਅੱਛੀ ਗੇਮ ਹੈ, ਉਹ ਵੀ ਅਸੀਂ ਉਹਨੂੰ ਉਪਰਾਲਾ ਕਰਾਂਗੇ, ਉਹਨੂੰ ਉੱਪਰ ਜਾਵੇ। ਦੂਜਾ ਜਿਹੜੇ ਨਸ਼ਿਆਂ ਦਾ ਹੈ, ਉਹਦੇ 'ਤੇ ਵੀ ਅਸੀਂ ਬੱਚਿਆਂ ਨੂੰ ਉੱਧਰ ਜਾਣ ਤੋਂ ਰੋਕਾਂਗੇ ਔਰ ਉਹਨਾਂ ਨੂੰ ਇਸ ਲਾਈਨ ਤੋਂ ਪਾਸੇ ਹਟਾਵਾਂਗੇ। ਉਹਦੇ ਬਾਰੇ ਆਪਾਂ ਕੋਈ ਰਿਕਾਰਡ ਨਹੀਂ ਵੇਖਿਆ, ਬਾਕੀ ਛੱਪੜ ਜਿਹੜੇ ਅਸੀਂ ਰਹਿੰਦੇ ਨੇ ਉਹ ਸਾਰੇ ਪੂਰੇ ਕਰਾਂਗੇ, ਉਹਨਾਂ ਨੂੰ ਸਹੀ ਕਰਾਂਗੇ। ਕਿੱਧਰ ਛੱਪੜ ਹੈ, ਉਹ ਬਹੁਤ ਉਹਦੇ ਗੰਦ ਫੈਲਿਆ, ਗਾਵਾਂ ਮੱਝਾਂ ਅੰਦਰ ਫਸ ਜਾਂਦੀਆਂ ਨੇ, ਉਹ ਮਰ ਜਾਂਦੀਆਂ ਨੇ, ਉਹ ਅਸੀਂ ਸਾਈਡਾਂ ਤੋਂ ਸਾਰੀਆਂ ਕੰਧਾਂ ਕਰਕੇ ਉਹਨੂੰ ਸਾਫ਼ ਕਰਕੇ ਉੱਥੇ ਪਾਣੀ ਦਾ ਪ੍ਰਬੰਧ ਕਰਾਂਗੇ ਪਾਉਣ। ਸਰਪੰਚ ਦੇ ਪਦ ਲਈ ਸ਼ਾਇਦ ਇੱਥੇ ਪਿੰਡ ਵਿੱਚ 4 ਉਮੀਦਵਾਰ ਨੇ ਜੀ, ਤੁਸੀਂ ਕਿਸ ਨੂੰ ਆਪਦਾ ਕੰਪੀਟੀਟਰ ਮੰਨਦੇ? ਮੈਂ ਤਾਂ ਕਿਸੇ ਨੂੰ ਨਹੀਂ ਮੰਨਦਾ, ਸਾਰੀ ਜਨਤਾ ਜਿਹੜਾ ਲੋਕਾਂ ਨੂੰ ਪਿੱਛੇ ਪਿਆਰ ਦਿੱਤਾ। ਮੇਰਾ ਬ੍ਰਦਰ ਸਰਪੰਚ ਰਿਹਾ ਪਿੱਛੇ 3 ਤੋਂ 8 ਤੱਕ, ਲੋਕਾਂ ਦਾ ਬਹੁਤ ਕੰਮ ਕੀਤਾ, ਮਕਾਨ ਪੱਕੇ ਕੀਤੇ, ਗਲੀਆਂ ਨਾਲੀਆਂ ਪੱਕੀਆਂ ਕੀਤੀਆਂ, ਲੋਕਾਂ ਦਾ ਪਿਆਰ ਪੂਰਾ ਜਿਤਾਇਆ। ਉਦੋਂ ਬਾਅਦ 10 ਸਾਲ ਲੋਕਾਂ ਦੀ ਫਿਰ ਵੀ ਸੇਵਾ ਕਰਦੇ ਰਹੇ, ਜੇ ਕਿਸੇ ਨੂੰ ਦੁੱਖ ਵਿੱਚ ਉਹਨਾਂ ਦੇ ਹਾਮੀ ਹੁੰਦੇ ਰਹੇ, ਉਹਨਾਂ ਦੇ ਨਾਲ ਜਾਂਦੇ ਰਹੇ, ਅਤੇ ਮੈਂ ਕਿਸੇ ਨੂੰ ਵੀ ਉਹਦਾ ਮੁਕਾਬਲਾ ਨਹੀਂ ਮੰਨਦਾ। ਪੜ੍ਹਾਈ ਅਤੇ ਕੀ ਸਰ, ਆਪਣੀ ਐਜੂਕੇਸ਼ਨ ਤੋਂ ਆਪਣਾ ਕੀ ਹੈ? ਮੈਟ੍ਰਿਕ ਜੀ ਮੇਰੇ ਕੋਲ। ਕੋਈ ਜਨਤਾ ਨੂੰ ਅਪੀਲ ਕਰਕੇ ਕਰਨਾ ਚਾਹੁੰਦੇ? ਅਪੀਲ ਇਹੀ ਹੈ ਜੀ, ਸਾਰੀ ਜਨਤਾ ਨੂੰ ਅਪੀਲ ਹੈ ਉਹਨਾਂ ਦੇ ਚਰਨਾਂ ਵਿੱਚ, ਵੀ ਸਾਰੇ ਭਰਾ ਮੇਰੀ ਸਪੋਰਟ ਕਰਨ ਅਤੇ ਸਾਰੇ ਟਰੈਕਟਰ 'ਤੇ ਜੋ ਨਿਸ਼ਾਨ ਨੂੰ ਮੋਹਰ ਲਾ ਕੇ ਮੈਨੂੰ ਕਾਮਯਾਬ ਕਰਨ। ਮੈਂ ਉਹਨਾਂ ਦੇ ਜਿੰਨੇ ਵੀ ਕੰਮ ਧੰਦੇ ਨੇ ਸਾਰੇ ਦਿਨ ਰਾਤ ਇੱਕ ਕਰਕੇ ਉਹਨਾਂ ਦਾ ਹਮਾਇਤ ਕਰਨ। ਪਹਿਲ ਦੇ ਧਾਰ 'ਤੇ ਜਿਹੜੇ ਪਿੰਡ ਦੇ ਕੱਚੇ ਮਕਾਨ ਨੇ ਉਹ ਪੱਕੇ ਕਰਵਾਵਾਂਗੇ, ਠੀਕ ਹੈ ਜੀ। ਫਿਰ ਪਹੀਆਂ ਨਾਲੀਆਂ ਜਿਹੜੀਆਂ ਨੇ ਪਿੰਡ ਦੀਆਂ, ਖੇਤਾਂ ਨੂੰ ਜਾਣ ਵਾਲੀਆਂ, ਉਹ ਪੱਕੀਆਂ ਕਰਵਾਵਾਂਗੇ। ਹੋਰ ਪਿੰਡ ਦੇ ਜਿਹੜੇ ਪਿੰਡਾਂ ਦੀਆਂ ਕਰਾਂਗੇ, ਜਿਹੜੇ ਸਕੂਲ ਨੇ ਸਕੂਲ ਨੂੰ ਅਪਗ੍ਰੇਡ ਕਰਾਂਗੇ, ਪਿੰਡਾਂ ਦੀਆਂ ਵੀ ਗਲੀਆਂ ਪੂਰੀਆਂ ਕਰਾਂਗੇ। ਹੋਸਪਿਟਲ ਇੱਕ, ਜਿੱਦਾਂ ਬੰਦਿਆਂ ਦਾ ਹੋਸਪਿਟਲ, ਪਸ਼ੂਆਂ ਦਾ ਹੋਸਪਿਟਲ, ਇਹ ਸਾਰੀਆਂ ਬਹੁਤ ਜ਼ਿਆਦਾ ਮੰਗਾਂ ਨੇ ਪਿੰਡ ਦੀਆਂ, ਅਤੇ ਇਹ ਤਾਂ ਪਿੰਡ ਵਾਲੇ ਮੌਕਾ ਦੇਣ ਕੁਲਵੀਰ ਸਿੰਘ ਨੂੰ, ਵੀ ਆਪਾਂ ਜਿਹੜੇ ਪਏ ਕੰਮ ਸਾਰੇ ਕਰ ਦਿਆਂਗੇ ਪੂਰੇ। ਤਾਂ ਅੱਗੇ ਵੀ ਨੇਕ ਕੰਮ ਕੀਤੇ ਸੀ, ਪਰ ਉਦੋਂ ਜ਼ਿਆਦਾ ਪਹਿਲੀ ਵਾਰ ਤਜਰਬਾ ਨਹੀਂ ਹੁੰਦਾ, ਹੁਣ ਤਾਂ ਪੂਰਾ ਐਕਸਪੀਰੀਅੰਸ ਹੈ ਅਤੇ ਕੰਮ ਪੂਰਾ ਖਿੱਚ ਕੇ ਕਰਾਂਗੇ, ਕੋਈ ਕਮੀ ਨਹੀਂ ਛੱਡਦੇ।
ਚਲੋ ਸਰ, ਧੰਨਵਾਦ ਸਾਡੇ ਵੱਲੋਂ, ਅਸੀਂ ਚਾਹੁੰਦੇ ਹਾਂ।